ਸਰਦਾਰ ਕੁਲਤਾਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਧਾਰਾ 306 ਥੱਲੇ 8 ਸਾਲ ਹੋਈ ਹੈ ਔਰ 388 ਥੱਲੇ 7 ਸਾਲ ਸਜ਼ਾ ਹੋਈ ਹੈ। ਦੇਵ ਸਿੰਘ ਸੀਗੇ ਜਿਹੜੇ ਆਈਓ ਸੀਗੇ ਉਹਨਾਂ ਦੇ ਉੱਤੇ ਮੈਕਸਿਮਮ 4 ਸਾਲ ਦੀ ਕਨਵਿਕਸ਼ਨ ਹੈ ਜੀ। ਸੇਵਾ ਮੁਕਤ DIG ਕੁਲਤਾਰ ਸਿੰਘ ਨੂੰ ਅੱਜ ਅਦਾਲਤ ਨੇ 8 ਸਾਲ ਅਤੇ DSP ਹਰਦੇਵ ਸਿੰਘ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅੰਮ੍ਰਿਤਸਰ ਦੇ ਚੌਂਕ ਮੁਨੀ ਇਲਾਕੇ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਵੱਲੋਂ ਕੀਤੀ ਗਈ ਸਮੂਹਕ ਖੁਦਕੁਸ਼ੀ ਦੇ ਮਾਮਲੇ 'ਚ ਉਦੋਂ ਦੇ SSP ਤੇ DIG ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਕੁਲਤਾਰ ਸਿੰਘ, DSP ਹਰਦੇਵ ਸਿੰਘ ਸਮੇਤ 6 ਜਣਿਆਂ ਨੂੰ ਅਦਾਲਤ ਨੇ 2 ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤੀ ਹੁਕਮ ਤੋਂ ਬਾਅਦ ਕੱਲ੍ਹ ਸਾਰੇ ਦੋਸ਼ੀ 17 ਫਰਵਰੀ ਤੋਂ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਸਨ। 4 ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਅਤੇ ਪਲਵਿੰਦਰਪਾਲ ਸਿੰਘ ਨੂੰ ਅਦਾਲਤ ਨੇ 8-8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਕਤੂਬਰ 2005 ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ, ਪੁੱਤਰ, ਧੀ ਅਤੇ ਮਾਂ ਸਮੇਤ ਖੁਦਕੁਸ਼ੀ ਕਰ ਲਈ ਸੀ। ਇਸ ਪਰਿਵਾਰ ਨੇ ਆਪਣੀ ਖੁਦਕੁਸ਼ੀ ਦਾ ਕਾਰਨ ਆਪਣੇ ਘਰ ਦੀਆਂ ਕੰਧਾਂ 'ਤੇ ਲਿਖ ਦਿੱਤਾ ਸੀ। ਉਹਨਾਂ ਆਪਣੀ ਖੁਦਕੁਸ਼ੀ ਪਿੱਛੇ SSP ਕੁਲਤਾਰ ਸਿੰਘ ਸਮੇਤ ਆਪਣੇ 4 ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਅਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ। ਉਸ ਵੇਲੇ DSP ਦੇ ਅਹੁਦੇ ਤੇ ਤਾਇਨਾਤ ਹਰਦੇਵ ਸਿੰਘ ਉੱਤੇ ਦੋਸ਼ ਸੀ ਕਿ ਉਹਨਾਂ ਕੁਲਤਾਰ ਦੇ ਕਹਿਣ ਤੇ ਖੁਦਕੁਸ਼ੀ ਦੇ ਸਬੂਤ ਨਸ਼ਟ ਕਰਨ ਲਈ ਕੰਧਾਂ ਸਾਫ਼ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਮੂਹਿਕ ਖੁਦਕੁਸ਼ੀ ਕਾਂਡ ਦੀ ਬਾਅਦ 'ਚ ਜਾਂਚ ਵੀ ਹੋਈ ਸੀ। ਸੇਵਾ ਮੁਕਤ ਜਸਟਿਸ ਅਜੀਤ ਸਿੰਘ ਦੀ ਅਗਵਾਈ ਹੇਠਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਕੇਸ ਆਪਣੇ ਹੱਥਾਂ 'ਚ ਲੈ ਕੇ ਇਸ ਦੀ ਜਾਂਚ ਕੀਤੀ ਸੀ। ਪਰਿਵਾਰ ਸਮੇਤ ਖੁਦਕੁਸ਼ੀ ਕਰਨ ਵਾਲੇ ਵਿਅਕਤੀ 'ਤੇ ਦੋਸ਼ ਸੀ ਕਿ ਉਸਨੇ ਆਪਣੇ ਪਿਤਾ ਦਾ ਕਤਲ ਕੀਤਾ। ਦੋਸ਼ ਸੀ ਕਿ ਵਿਅਕਤੀ ਨੇ ਆਪਣੇ ਪਿਤਾ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ। ਪੁਲਿਸ ਨੂੰ ਨਹਿਰ ਲੱਗ ਗਏ ਉਹ ਲਾਸ਼ ਬਰਾਮਦ ਹੋਈ ਸੀ। ਤਦ SSP ਨੇ ਦੋਸ਼ੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਮੁਲਜ਼ਮ ਤੋਂ 10 ਲੱਖ ਰੁਪਏ ਲੈ ਲਏ ਗਏ। ਮੁਲਜ਼ਮ ਇੱਕ ਆਪਣੀ ਪਤਨੀ ਨੂੰ SSP ਦਫ਼ਤਰ ਲੈ ਕੇ ਗਿਆ ਤਾਂ ਜੋ 10 ਲੱਖ ਰੁਪਏ ਦੀ ਰਕਮ ਦੇਣ ਤੋਂ ਬਾਅਦ ਮਾਮਲਾ ਰਫਾ ਦਫ਼ਾ ਕਰਨ ਦੀ ਗੱਲ ਕੀਤੀ ਜਾਵੇ। 6 ਦੋਸ਼ੀ ਸੀਗੇ, 6ਾਂ ਨੂੰ ਕਨਵਿਕਸ਼ਨ ਹੋ ਗਈ ਆ ਅੱਜ। ਇਹਦੇ ਵਿੱਚ ਸਰਦਾਰ ਕੁਲਤਾਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਧਾਰਾ 306 ਥੱਲੇ 8 ਸਾਲ ਹੋਈ ਹੈ ਔਰ 388 ਥੱਲੇ 7 ਸਾਲ ਸਜ਼ਾ ਹੋਈ ਹੈ ਔਰ ਉਹਨਾਂ ਨੂੰ ਮੈਕਸੀਮਮ ਸਜ਼ਾ ਜਿਹੜੀ ਹੈ ਕੁਲਤਾਰ ਸਿੰਘ ਜੀ ਨੂੰ 8 ਸਾਲ ਹੋਈ ਹੈ, ਯਾਨੀ ਉਹ ਸਾਰੀ ਸਜ਼ਾਵਾਂ ਕੱਟੀਆਂ ਚੱਲੀਆਂ, ਇਸ ਕਾਰਨ ਉਹਨਾਂ ਨੂੰ 8 ਸਾਲ ਦੀ ਤੁਸੀਂ ਸਜ਼ਾ ਲੈ ਕੇ ਚੱਲੋ। ਇਸ ਤੋਂ ਇਲਾਵਾ ਫਾਈਨ ਹੋਇਆ, ਅਗਰ ਉਹ ਫਾਈਨ ਪੇ ਨਹੀਂ ਕਰਨਗੇ ਤਾਂ 1 ਸਾਲ ਉਹਨਾਂ ਨੂੰ ਹੋਰ ਐਕਸਟਰਾ ਫਿਰ 9 ਸਾਲ 'ਚ ਕਨਵਰਟ ਹੋ ਜਾਏਗੀ। ਇਸੇ ਤਰ੍ਹਾਂ ਜਿਹੜੇ ਦੂਸਰੇ ਦੋਸ਼ੀ ਹੈ ਉਹਨਾਂ ਦੀ ਮੈਕਸੀਮਮ ਸਜ਼ਾ 8 ਸਾਲ ਹੀ ਹੈ, ਅਗਰ ਉਹ ਨਹੀਂ ਪੇ ਕਰਨਗੇ ਤਾਂ ਉਹਨਾਂ ਨੂੰ ਵੀ 1 ਸਾਲ ਐਕਸਟਰਾ ਅੰਦਰ ਰਹਿਣਾ ਪਊਗਾ। ਇਸ ਤੋਂ ਇਲਾਵਾ ਜਿਹੜੇ ਹਰਦੇਵ ਸਿੰਘ ਸੀਗੇ ਜਿਹੜੇ ਆਈਓ ਸੀਗੇ ਉਹਨਾਂ ਦੇ ਉੱਤੇ ਮੈਕਸੀਮਮ 4 ਸਾਲ ਦੀ ਕਨਵਿਕਸ਼ਨ ਹੈ ਜੀ ਹਰਦੇਵ ਸਿੰਘ ਜੀ ਦੀ। ਬਾਕੀ ਸਾਰਿਆਂ ਨੂੰ ਕਨਵਿਕਸ਼ਨ ਮੰਗ ਸਰ ਸਾਰੇ ਸੈਕਸ਼ਨ ਦੇ ਵਿੱਚ ਅਲੱਗ ਅਲੱਗ, ਅਸੀਂ ਤਾਂ ਕਿਹਾ ਸੀ ਸੈਪਰੇਟ ਮਿਲਣੀ ਚਾਹੀਦੀ ਹੈ। ਇਹਨਾਂ ਦੀ ਜਿਹੜਾ ਕ੍ਰਾਈਮ ਇਹਨਾਂ ਨੇ ਕੀਤਾ, ਜਿਹੜਾ ਹੀਨੀਅਸ ਟਾਈਪ ਆਫ ਕ੍ਰਾਈਮ ਕੀਤਾ, ਉਹਦੇ ਵਿੱਚ ਸਜ਼ਾ ਜਿਹੜੀ ਸੈਪਰੇਟ ਮਿਲਣੀ ਚਾਹੀਦੀ ਸੀ। ਅਗਰ ਇੱਕ ਅਫੈਂਸ ਜੇ 10-10 ਸਾਲ ਹੈ ਤਾਂ ਇਹਨਾਂ ਦੇ 10-10 ਸਾਲ ਕਰਕੇ ਹੀ ਸਾਰਿਆਂ ਨੂੰ ਅਲੱਗ ਅਲੱਗ ਕਨਵਿਕਸ਼ਨ ਨਹੀਂ, ਕੋਰਟ ਨੇ ਕਾਉਂਟ ਕਰਤੀ, ਯਾਨੀ ਕਿ ਸਾਰੀ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਹ ਸਰ, ਹਾਂ ਸਰ ਜੀ, ਤਵੇਰਕਾ ਜੀ ਇਸ ਕੇਸ ਦੇ ਐਡਵੋਕੇਟ ਨੇ, ਉਹ ਅਪੀਲ ਜ਼ਰੂਰ ਕਰਨਗੇ ਜੀ। ਉਹ ਕਦੀ ਸਿਸਟਮ ਨਾਲ ਕਦੀ ਥੱਕ ਟੁੱਟ ਕੇ ਉਹ ਬੈਠੇ ਨਹੀਂ ਹੈ ਕਦੀ ਘਰ, ਉਹਨੇ ਬੜੀ ਲੰਬੀ ਲੜਾਈ ਲੜੀ ਹੈ, 16 ਸਾਲਾਂ ਦੀ ਲੜਾਈ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਮਿਲੀ ਹੈ। ਔਰ ਇਸ ਕੇਸ ਦੇ ਤੁਹਾਨੂੰ ਸਾਰਿਆਂ ਨੂੰ ਫੈਕਟਸ ਪਤਾ ਕਿਸ ਤਰ੍ਹਾਂ ਇਸ ਕੇਸ 'ਤੇ ਫਾਈਲਾਂ ਗੁੰਮ ਹੋਈਆਂ, ਸਭ ਕੁਝ ਹੋਇਆ ਔਰ ਅਖੀਰ 'ਤੇ ਸਰਬਜੀਤ ਵੇਰਕੇ ਦੀ ਜਿੱਤ ਹੋਈ, ਐਡਵੋਕੇਟ ਸਰਬਜੀਤ ਵੇਰਕੇ।